ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ NRI ਦਰਸ਼ਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਰੱਖੜਾ ਦੇ ਪਿਤਾ ਸਵਰਗਵਾਸੀ ਬਾਪੂ ਕਰਤਾਰ ਸਿੰਘ ਦੀ 28ਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਰੱਖੜਾ ਵਿਖੇ ਮਨਾਈ ਗਈ, ਜਿਸ ਵਿੱਚ ਵਿਸ਼ੇਸ਼ ਤੌਰ ਉੱਤੇ ਡੇਰਾ ਬਿਆਸ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ, ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਕਈ ਦਿੱਗਜ ਨੇਤਾਵਾਂ ਨੇ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਸਮਾਗਮ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਉੱਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਪਿਤਾ ਦੀ 28ਵੀਂ ਬਰਸੀ ਸ਼ਰਧਾ ਸਤਿਕਾਰ ਦੇ ਨਾਲ ਮਨਾਈ ਗਈ ਹੈ। ਪਰ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕੋਟ ਕੋਟ ਧੰਨਵਾਦ ਕਰਦਾ। ਗੁਰੂ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ। ਫਿਰ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ, ਸਾਰੀ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਰੇ ਐਕਸਪੈਕਟੇਸ਼ਨ ਤੋਂ ਕਈ ਗੁਣਾ ਵੱਧ ਇੱਥੇ ਸੰਗਤ ਆਈ ਹੈ। ਉਹ ਸੰਗਤ ਦਾ ਵੀ ਬਹੁਤ ਧੰਨਵਾਦ ਕਰਦਾ, ਜਿੰਨਾ ਧੰਨਵਾਦ ਕਰਾਂ ਉਹਨਾਂ ਥੋੜ੍ਹਾ ਧੰਨਵਾਦ ਦੇ ਲਫ਼ਜ਼ ਵੀ ਨਹੀਂ ਬਣ ਸਕਦੇ। ਸੋ ਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਸਾਨੂੰ ਹਿੰਮਤ ਦੇਣ, ਤਾਕਤ ਦੇਣ। ਅਸੀਂ ਇਹ ਦਿਨ ਸਾਡੇ ਪਿਤਾ ਜੀ ਦੇ ਜਿਹੜੇ 28ਵੀਂ ਬਰਸੀ ਹੈ, ਇਹ ਅਸੀਂ ਮਨਾਉਂਦੇ ਰਹੀਏ, ਸਾਨੂੰ ਮਨਾਉਣ ਯੋਗ ਬਣਾਉਂਦੇ ਰਹਿਣ ਅਤੇ ਗੁਰੂ ਅੱਗੇ ਹੀ ਅਰਦਾਸ ਕਰਦਾ। ਸੰਗਤ ਦਾ, ਬਾਬਾ ਜੀ ਦਾ, ਹੋਰ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਪੂ ਕਰਤਾਰ ਸਿੰਘ ਜੀ, ਜਿਨ੍ਹਾਂ ਦੀ ਸਾਲਾਨਾ ਬਰਸੀ ਦੇ ਵਿੱਚ ਅਸੀਂ ਸ਼ਾਮਿਲ ਹੋਏ ਹਾਂ ਰੱਖੜੇ ਪਰ, ਉਹਨਾਂ ਨੂੰ ਅਸੀਂ ਸਤਿਕਾਰ ਭੇਟ ਕਰਨ ਲਈ ਆਏ ਹਾਂ। ਬਾਪੂ ਕਰਤਾਰ ਸਿੰਘ ਜੀ ਬੜੇ ਖੁਸ਼ਕਿਸਮਤ ਇਨਸਾਨ ਸੀ, ਜਿਨ੍ਹਾਂ ਦੇ ਬੇਟਿਆਂ ਨੇ ਨਾ ਇਸ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਬੜਾ ਨਾਂ ਕਮਾਇਆ, ਬੜਾ ਸਤਿਕਾਰ ਕਮਾਇਆ। ਔਰ ਅਸੀਂ ਬੜੇ ਮਾਣ ਅਤੇ ਗੌਰਵ ਨਾਲ ਕਹਿ ਸਕਦੇ ਹਾਂ ਕਿ ਇਸ ਧਰਤੀ ਤੋਂ ਪੈਦਾ ਹੋ ਕੇ ਉਹਨਾਂ ਨੇ ਆਪਣੀ ਸੰਤਾਨ ਨੂੰ ਜੋ ਸਿੱਖਿਆ ਦਿੱਤੀ ਉਹਦੇ ਨਾਲ ਦੇਸ਼ ਦਾ ਨਾਂ ਉੱਚਾ ਹੋਇਆ। ਉਹਨਾਂ ਦੇ ਸਪੁੱਤਰ ਸਰਦਾਰ ਸਰ ਸਿੰਘ ਧਾਲੀਵਾਲ ਹੋਣੀ, ਚਰਨਜੀਤ ਸਿੰਘ ਹੋਣੀ, ਸੁਰਜੀਤ ਸਿੰਘ ਰੱਖੜਾ ਹੋਣੀ, ਸਾਰੇ ਜੋ ਪੰਥਕ ਸਫਾ ਵਿੱਚ ਵੀ, ਪੰਜਾਬ ਵਿੱਚ ਵੀ, ਦੇਸ਼ ਵਿੱਚ ਵੀ ਨਾਂ ਕਮਾ ਰਹੇ ਨੇ, ਸਾਨੂੰ ਉਹਦੇ ਮਾਣ। ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਾ ਹੋਣ ਕਾਰਨ ਹੁਣ ਕਿੰਨਾ ਕੁ ਪਾਰਟੀ ਨੂੰ ਹੋਰ ਨੁਕਸਾਨ ਹੈ ਜਿਹੜਾ ਝੱਲਣਾ ਪਊਗਾ? ਮੈਂ ਸਮਝਦਾ ਕਿ ਸਾਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਅਸਤੀਫਾ ਦਿੱਤਾ, ਉਹਨਾਂ ਨੇ ਉਹਨਾਂ ਵਰਕਰਾਂ ਦੀ ਇੱਛਾ ਦੀ ਪੂਰਤੀ ਕੀਤੀ ਆ ਜਿਹੜੇ ਝੁੰਦਾ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਜਿਨ੍ਹਾਂ ਨੇ ਮਨ ਦੀ ਇੱਛਾ ਜ਼ਾਹਰ ਕੀਤੀ ਸੀ ਕਿ ਅਕਾਲੀ ਦਲ ਜੋ ਅਰਸ਼ ਤੋਂ ਫਰਸ਼ 'ਤੇ ਆਇਆ ਉਹਨੂੰ ਮੁੜ ਸੁਰਜੀਤ ਕਰਨ ਲਈ ਤਿਆਗ ਦਿਖਾਉਣਾ ਪਏਗਾ ਉੱਪਰਲੀ ਲੀਡਰਸ਼ਿਪ ਨੂੰ। ਔਰ ਹੁਣ ਸਮਾਂ ਆ ਗਿਆ ਕਿ ਜਿਹੜਾ ਇਹ ਖਲਾਅ ਪੈਦਾ ਹੋਇਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਜੋ ਫਰਮਾਨ ਜਾਰੀ ਕੀਤਾ ਸੀ ਕਿ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ, ਪੰਥ ਨੂੰ ਬੜਾ ਨੁਕਸਾਨ ਹੋ ਗਿਆ, ਅਤੇ ਅੱਜ ਜਵਾਨੀ ਜੇਲ੍ਹਾਂ 'ਚ ਰੁੜ ਰਹੀ ਆ, ਕਿਸਾਨੀ ਮੰਡੀਆਂ 'ਚ ਰੁੜ ਰਹੀ ਆ, ਖੇਤਾਂ 'ਚ ਰੁੜ ਰਹੀ ਆ, ਪੰਜਾਬ ਦੀ ਰਾਜਧਾਨੀ 'ਤੇ ਕਬਜ਼ਾ ਕੀਤਾ ਜਾ ਰਿਹਾ, ਪੰਜਾਬ ਆਰਥਿਕ ਸੰਕਟ ਦੇ ਦੌਰ 'ਚੋਂ ਗੁਜ਼ਰ ਰਿਹਾ, ਡੂੰਘੇ ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬਿਆ ਪਿਆ। ਅੱਜ ਇੱਕ ਬਹੁਤ ਤਾਕਤਵਰ ਖੇਤਰੀ ਪਾਰਟੀ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਔਰ ਮੈਂ ਸਮਝਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਤਿਹਾਸਕ ਰੋਲ ਨਿਭਾਉਂਦਿਆਂ ਜਿੰਨੀ ਵੀ ਖਿਲਰੀ ਹੋਈ ਸ਼ਕਤੀ ਆ, ਪੰਥਕ ਸ਼ਕਤੀ ਜਿਹੜੀ ਖਿੰਡੀ ਪੁੰਡੀ ਆ, ਉਹਨੂੰ ਇੱਕਜੁੱਟ ਕਰਕੇ, ਇੱਕ ਸੁਰ ਕਰਕੇ ਤੋਰਨ ਲਈ ਕੋਈ ਇਤਿਹਾਸਕ ਰੋਲ ਨਿਭਾਉਣ। ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਪਹਿਲਾਂ ਲੰਬਾ ਸਮਾਂ ਉਹਨਾਂ ਨੇ ਫੌਜ ਦੇ ਵਿੱਚ ਸੇਵਾ ਕੀਤੀ, ਫਿਰ ਨਗਰ ਦੇ ਵਿੱਚ ਆ ਕੇ ਅਤੇ ਨਗਰ ਦੇ ਵਿੱਚ ਸਰਪੰਚ ਦੇ ਤੌਰ 'ਤੇ ਵਧੀਆ ਸੇਵਾਵਾਂ ਨਿਭਾਈਆਂ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ
ਪਰਿਵਾਰ ਦੀ ਅਗਵਾਈ ਇੰਨੇ ਚੰਗੇ ਤਰੀਕੇ ਨਾਲ ਕੀਤੀ ਕਿ ਅੱਜ ਪਰਿਵਾਰ ਨੇ ਰੱਖੜਾ ਪਿੰਡ ਤੋਂ ਉੱਠ ਕੇ ਅਤੇ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਬਣਾਇਆ। ਸੋ ਇਹੋ ਜਿਹੀਆਂ ਸ਼ਖਸੀਅਤਾਂ ਦੇ ਜੀਵਨ ਦੇ ਵਿੱਚੋਂ ਬਹੁਤ ਕੁਝ ਸਿੱਖਣ ਵਾਲਾ ਹੁੰਦਾ। ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਪਰਿਵਾਰ ਦੀ ਚੱਲ ਅਕਾਲੀ ਦਲ।